ਇਹ ਗੱਲ ਮਸ਼ਹੂਰ ਜ਼ਮਾਨਿਆਂ ਤੋਂ ਕਿ ਬਸ਼ਰ ਰੱਬ ਨੂੰ ਵੇਖ ਨਾ ਸਕਦਾ। ਇਹ ਗੱਲ ਮਸ਼ਹੂਰ ਜ਼ਮਾਨਿਆਂ ਤੋਂ ਕਿ ਬਸ਼ਰ ਰੱਬ ਨੂੰ ਵੇਖ ਨਾ ਸਕਦਾ। ਮੂਸਾ ਸੱਚ ਮੁੱਚ ਹੋ ਬੇਹੋਸ਼ ਗਿਆ ਤੇ ਝਲਕ ਨੂਰ ਦੀ ਜਦੋਂ ਇੱਕ ਤੱਕਦਾ। ਮੂਸਾ ਸੱਚ ਮੁੱਚ ਹੋ ਬੇਹੋਸ਼ ਗਿਆ ਮੂਸਾ ਸੱਚ ਮੁੱਚ ਹੋ ਬੇਹੋਸ਼ ਤੇ ਝਲਕ ਨੂਰ ਦੀ ਜਦੋਂ ਇੱਕ ਤੱਕਦਾ। ਮੈਂ ਹੈਰਾਨ ਹਾਂ ਕਿਉਂ ਸੂਰਤ ਆਪਣੀ ਨੂੰ ਸੂਰਤ ਆਪਣੀ ਤੋਂ ਓਲੇ ਰੱਖਦਾ ਏ। ਇਹ ਬੇਰੁਖੀਏ ਤਾਲਬਾ ਪਿਆਰ ਕਾਦਾ ਏ ਜੇ ਤੇ ਮੂੰਹ ਵਖਾਉਣ ਤੋਂ ਵੀ ਚੱਕਦਾ। ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਪੜ੍ਹਦੇ ਹਾਂ ਕੁਚ ਦੀ ਕਿਤਾਬ ਉਹਦਾ 33 ਅਧਿਆਇ ਦੇ 17 ਵਚਨ ਦੇ ਵਿੱਚ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਕਹਿੰਦਾ ਹੈ ਖੁਦਾ ਮੈਨੂੰ ਆਪਣਾ ਜਲਾਲ ਦੇ, ਮੈਨੂੰ ਆਪਣਾ ਚਿਹਰਾ ਵਿਖਾ, ਮੈਂ ਤੈਨੂੰ ਵੇਖਣਾ ਚਾਹੁੰਦਾ ਹਾਂ। ਲੇਕਿਨ ਖੁਦਾ ਨੇ ਮੂਸਾ ਨੂੰ ਆਖਿਆ, ਕਹਿੰਦਾ ਹੈ ਮੂਸਾ ਮੈਨੂੰ ਵੇਖਣ ਵਾਲੇ ਸੜ ਜਾਂਦੇ ਨੇ। ਕਹਿੰਦਾ ਬਸ਼ਰ ਦੀ ਇਨਸਾਨ ਦੀ ਐਡੀ ਔਕਾਤ ਨਹੀਂ ਕਿ ਉਹ ਪਰਮੇਸ਼ੁਰ ਨੂੰ ਵੇਖ ਸਕੇ, ਪਰ ਮੈਨੂੰ ਸਮਝ ਆ ਗਈ ਪਰਮੇਸ਼ੁਰ ਆਪਣਾ ਜਲਾਲ ਆਪਣਾ ਚਿਹਰਾ ਉਸ ਵਕਤ ਕਿਉਂ ਨਹੀਂ ਸੀ ਵਿਖਾਉਂਦਾ। ਕਹਿੰਦਾ ਮੈਨੂੰ ਸਮਝ ਆ ਗਈ ਜਦੋਂ ਪਰਖਿਆ ਮੈਂ ਬਣਿਆ ਰਹਿਮਤ ਦਾ ਉਦੋਂ ਅਸੂਲ ਨਹੀਂ ਸੀ, ਉਦੋਂ ਦੌਰ ਸ਼ਰੀਅਤ ਦੇ ਜ਼ੋਰ ਦਾ ਸੀ, ਹੋਇਆ ਫਜ਼ਲ ਤਾਂ ਅਜੇ ਨਜ਼ੂਲ ਨਹੀਂ ਸੀ। ਉਦੋਂ ਕੀ ਸੀ? ਪੜਿਆ ਗਿਆ ਨਾ ਸੀ ਸਬਕ ਨਜ਼ਾਤ ਉਦੋਂ, ਤੇ ਖੁੱਲਾ ਰਹਿਮਤ ਦਾ ਹਜੇ ਸਕੂਲ ਨਹੀਂ ਸੀ, ਉਹਨੂੰ ਤਾਲਬਾ ਮੁੱਲ ਖਰੀਦਿਆਂ ਦੀ ਤੇ ਕੀਮਤ ਅਜੇ ਤੱਕ ਹੋਈ ਵਸੂਲ ਨਹੀਂ ਸੀ। ਯਸ਼ੂ ਨੇ ਆਪਣੀ ਜਾਨ ਨਹੀਂ ਸੀ ਦਿੱਤੀ, ਉਹਨੇ ਸਾਡਾ ਮੁੱਲ ਨਹੀਂ ਸੀ ਦਿੱਤਾ, ਇਸ ਕਰਕੇ ਰੱਬ ਕਿਸੇ ਨੂੰ ਦਿਖਾਈ ਨਹੀਂ ਸੀ ਦਿੰਦਾ। ਹਾਲੇਲੂਇਆ। ਕਹਿੰਦਾ ਉਹਨੂੰ ਤਾਲਬਾ ਮੁੱਲ ਖਰੀਦਿਆਂ ਦੀ ਕੀਮਤ ਹਜੇ ਤੱਕ ਹੋਈ ਵਸੂਲ ਨਹੀਂ ਸੀ। ਯੋਹਨਾ ਦੀ ਅੰਜੀਲ ਉਹਦਾ 12 ਅਧਿਆਇ ਉਹਦੇ 45 ਵਚਨ 'ਚ ਪ੍ਰਭੂ ਯੇਸ਼ੂ ਮਸੀਹ ਨੇ ਆਖਿਆ, ਕਹਿੰਦਾ ਜਿਸਨੇ ਮੁਝੇ ਦੇਖਾ ਉਸਨੇ ਮੇਰੇ ਭੇਜਣੇ ਵਾਲੇ ਕੋ ਦੇਖਾ। ਸਾਰੇ ਬੋਲੋ, ਜਿਸਨੇ ਮੁਝੇ ਦੇਖਾ ਉਸਨੇ ਮੇਰੇ ਭੇਜਣੇ ਵਾਲੇ ਕੋ ਦੇਖਾ, ਜਿਸਨੇ ਮੁਝੇ ਦੇਖਾ ਉਸਨੇ ਮੇਰੇ ਬਾਪ ਕੋ ਦੇਖਾ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਯੇਸ਼ੂ ਮਸੀਹ ਸੰਸਾਰ 'ਚ ਪੈਦਾ ਹੋਏ, ਪਰਮੇਸ਼ੁਰ ਸਵਰਗ 'ਚ ਤੁਰਦਾ ਸੀ ਤੇ ਉਹਦਾ ਪਰਛਾਵਾਂ ਧਰਤੀ ਤੇ ਯੇਸ਼ੂ ਮਸੀਹ ਸੀ। ਹਾਲੇਲੂਇਆ, ਹਾਲੇਲੂਇਆ। ਉਹਨੇ ਆਪਣੀ ਜਾਨ ਦੇ ਕੇ ਸਾਡਾ ਮੁੱਲ ਦਿੱਤਾ। ਔਰ ਉਸ ਤੋਂ ਬਾਅਦ ਅਸੀਂ ਜਦੋਂ ਪੜ੍ਹਦੇ ਹਾਂ ਯੋਹਨਾ ਦੀ ਅੰਜੀਲ ਉਹਦਾ 14-8 ਦੇ ਵਿੱਚ ਲਿਖਿਆ ਹੈ, ਫਿਲਪਸ ਨਾਮ ਦਾ ਇੱਕ ਬੰਦਾ, ਫਿਲਪਸ ਨਾਮ ਦਾ ਇੱਕ ਪ੍ਰਭੂ ਦਾ ਚੇਲਾ ਪ੍ਰਭੂ ਯੇਸ਼ੂ ਮਸੀਹ ਨੂੰ ਆ ਕੇ ਕਹਿੰਦਾ, ਕਹਿੰਦਾ ਪ੍ਰਭੂ ਜੀ ਤੂੰ ਸਾਡੇ ਨਾਲ ਆਪਣੇ ਬਾਪ ਦੀਆਂ ਬੜੀਆਂ ਗੱਲਾਂ ਕਰਦਾ, ਬੜੀਆਂ ਤਾਰੀਫਾਂ ਕਰਦਾ, ਪਰ ਸਾਨੂੰ ਕਦੀ ਆਪਣਾ ਬਾਪ ਨਹੀਂ ਵਿਖਾਇਆ। ਤੇ ਯੇਸ਼ੂ ਮਸੀਹ ਨੇ ਫਿਲਪਸ ਨੂੰ ਆਖਿਆ, ਕਹਿੰਦਾ ਫਿਲਪਸ ਜਿਸਨੇ ਮੁਝੇ ਦੇਖਾ ਉਸਨੇ ਬਾਪ ਕੋ ਦੇਖਾ। ਹਾਲੇਲੂਇਆ। ਤੁਸੀਂ ਵੀ ਇੱਕ ਵਾਰੀ ਬੋਲੋ, ਯੇਸ਼ੂ ਨੇ ਕੀ ਆਖਿਆ? ਜਿਸਨੇ ਮੁਝੇ ਦੇਖਾ ਉਸਨੇ ਮੇਰੇ ਬਾਪ ਕੋ ਦੇਖਾ, ਮੈਂ ਬਾਪ ਮੇ ਔਰ ਬਾਪ ਮੁਝ ਮੇ ਰਹਤਾ ਹੈ। ਹਾਲੇਲੂਇਆ। ਕੀ ਕਹਿੰਦਾ? ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ, ਆ ਜਾ ਤੈਨੂੰ ਮੈਂ ਵਿਖਾਵਾਂ
जे तू रब वेखना आ जा तेनू मैं विखावा जे तू रब वेखना आ जा तेनू मैं विखावा जे तू रब वेखना लथा किंज साडे पापा दा सबब वेखना आ जा तेनू मैं विखावा जे तू रब वेखना आ जा तेनू मैं विखावा जे तू रब वेखना लथा किंज साडे पापा ਸਬਬ ਵੇਖਣਾ ਆ ਜਾ ਤੈਨੂੰ ਸਿਖਾ ਜੇ ਤੂੰ ਰੱਬ ਦੇ ਰੁਸੇ ਆ ਜਾ ਤੈਨੂੰ ਮੈਂ ਸਿਖਾਵਾ ਜੇ ਤੂੰ ਰੱਬ ਵੇਖਣਾ ਜੀਦਾ ਤੂਰੀ ਉੱਤੇ ਮੂਸਾ ਨੇ ਦੀਦਾਰ ਮੰਗਿਆ ਜੀਦਾ ਤੂਰੀ ਉੱਤੇ ਮੂਸਾ ਨੇ ਦੀਦਾਰ ਮੰਗਿਆ ਵੇਖੋ ਅੱਜ ਕਿਹੜੇ ਰੰਗ ਵਿੱਚ ਗਿਆ ਰੰਗਿਆ ਚਰਨੀ ਚ ਬੈਠਾ ਅੱਤ ਫੱਬ ਵੇਖਣਾ ਆ ਜਾ ਤੈਨੂੰ ਮੈਂ ਵਿਖਾਵਾ ਜੇ ਤੂੰ ਰੱਬ ਵੇਖਣਾ ਆ ਜਾ ਤੈਨੂੰ ਮੈਂ ਵਿਖਾਵਾ ਜੇ ਤੂੰ ਰੱਬ ਵੇਖਣਾ ਆ ਜਾ ਤੈਨੂੰ ਮੈਂ ਵਿਖਾਵਾ ਜੇ ਤੂੰ ਰੱਬ ਵੇਖਣਾ ਸਾਰੇ ਬੋਲੋ ਜੇ ਤੂੰ ਰੱਬ ਵੇਖਣਾ ਆਪੋ ਆਪਣੇ ਮਜ਼ਹਬੀ ਅਕੀਦੇ ਦੇ ਅਨੁਸਾਰ ਆਪੋ ਆਪਣੇ ਧਰਮਾਂ ਦੇ ਅਨੁਸਾਰ ਹਰ ਬੰਦਾ ਜਿਹਨੂੰ ਮੰਨਦਾ ਉਹਨੂੰ ਰੱਬ ਸਮਝਦਾ ਮੁਸਲਿਮ ਕਹਿੰਦੇ ਨੇ ਕਿ ਮਸਜਿਦ ਖੁਦਾ ਕਾ ਘਰ ਹੈ ਹਿੰਦੂ ਕਹਿੰਦੇ ਨੇ ਕਿ ਖੁਦਾ ਮੰਦਰ ਦੇ ਵਿੱਚ ਰਹਿੰਦਾ ਅਤੇ ਈਸਾਈ ਕਹਿੰਦੇ ਨੇ ਖੁਦਾ ਗਿਰਜੇ ਦੇ ਵਿੱਚ ਰਹਿੰਦਾ ਅਤੇ ਸਿੱਖ ਕਹਿੰਦੇ ਨੇ ਖੁਦਾ ਗੁਰਦੁਆਰੇ ਦੇ ਵਿੱਚ ਰਹਿੰਦਾ ਪਰ ਵੇਖਣਾ ਇਹ ਹੈ ਕਿ ਖੁਦਾ ਦੇ ਕਿੰਨੇ ਕੁ ਟਿਕਾਣੇ ਨੇ ਅਤੇ ਉਹ ਕਿੱਥੇ ਕਿੱਥੇ ਰਹਿੰਦਾ ਕੋਈ ਕਹਿੰਦਾ ਮਸਜਿਦ ਖਾਨਾ ਖੁਦਾ ਕੋਈ ਕਹਿੰਦਾ ਮਸਜਿਦ ਖਾਨਾ ਕੋਈ ਕਹਿੰਦਾ ਮੰਦਿਰ ਵਸਦਾ ਏ ਕੋਈ ਕਹਿੰਦਾ ਮੰਦਿਰ ਵਸਦਾ ਏ ਕੋਈ ਕਹਿੰਦਾ ਮਸਜਿਦ ਖਾਨਾ ਖੁਦਾ ਕੋਈ ਕਹਿੰਦਾ ਮਸਜਿਦ ਖਾਨਾ ਖੁਦਾ ਕੋਈ ਕਹਿੰਦਾ ਮੰਦਿਰ ਵਸਦਾ ਏ ਕੋਈ ਕਹਿੰਦਾ ਮੰਦਿਰ ਵਸਦਾ ਏ ਕੋਈ ਕਹਿੰਦਾ ਮਸਜਿਦ ਖਾਨਾ ਖੁਦਾ ਕੋਈ ਕਹਿੰਦਾ ਮਸਜਿਦ ਖਾਨਾ ਖੁਦਾ ਕੋਈ ਕਹਿੰਦਾ ਮੰਦਿਰ ਵਸਦਾ ਇਨਸਾਨ ਦੇ ਮੱਥੇ ਲੱਗਣਾ ਹੀ ਨਹੀਂ ਇਨਸਾਨ ਦੇ ਮੱਥੇ ਲੱਗਣਾ ਹੀ ਨਹੀਂ ਇਹ ਰੱਬ ਨੇ ਬੰਨਿਆ ਐਦ ਨਹੀਂ ਇਹ ਰੱਬ ਨੇ ਬੰਨਿਆ ਐਦ ਨਹੀਂ ਇਨਸਾਨ ਦੇ ਮੱਥੇ ਲੱਗਣਾ ਹੀ ਨਹੀਂ ਇਨਸਾਨ ਦੇ ਮੱਥੇ ਲੱਗਣਾ ਹੀ ਨਹੀਂ ਇਹ ਰੱਬ ਨੇ ਬੰਨਿਆ ਐਦ ਨਹੀਂ ਇਹ ਰੱਬ ਨੇ ਬੰਨਿਆ ਐਦ ਨਹੀਂ ਇਨਸਾਨ ਦੇ ਮੱਥੇ ਲੱਗਣਾ ਹੀ ਨਹੀਂ ਕੋਈ ਕੂਰ ਦੀ ਕੈਦ ਨਹੀਂ ਆ ਜਾ ਤੈਨੂੰ ਮੈਂ ਵਿਖਾਵਾ ਜੇ ਤੂੰ ਰੱਬ ਵੇਖਣਾ ਆ ਜਾ ਤੈਨੂੰ ਮੈਂ ਵਿਖਾਵਾ ਜੇ ਤੂੰ ਰੱਬ ਵੇਖਣਾ ਦਾਨੀਅਲ ਨਬੀ ਦੀ ਕਿਤਾਬ ਸੁਣ ਮੇਰੀ ਥੋੜੀ ਆਵਾਜ਼ ਖੋਲ ਦੇ ਬੇਟਾ ਦਾਨੀਅਲ ਨਬੀ ਦੀ ਕਿਤਾਬ ਉਹਦੇ ਵਿੱਚ ਰਾਜਾ ਨਬੂਕਦਨਸਰ ਜਿਹਨੇ ਇੱਕ ਬਹੁਤ ਵੱਡੀ ਮੂਰਤੀ ਬਣਾਈ ਤੇ ਪਰਜਾ ਨੂੰ ਆਖਿਆ ਮੈਨੂੰ ਸਜਦਾ ਕਰੋ ਮੈਨੂੰ ਮੱਥਾ ਟੇਕੋ ਸਾਰੇ ਬੋਲੋ ਮੱਥਾ ਪ੍ਰਜਾ ਨੂੰ ਕੀ ਆਖਿਆ ਮੈਨੂੰ ਮੱਥਾ ਟੇਕੋ ਲੇਕਿਨ ਤਿੰਨ ਉੱਥੇ ਪਰਮੇਸ਼ੁਰ ਦੇ ਦਾਸ ਸੀ ਸ਼ਦਰਕ ਮੇਸ਼ਕ ਅਤੇ ਅਬਦਨਗੋ ਉਹਨਾਂ ਨੇ ਉਸ ਰਾਜੇ ਦੀ ਮੂਰਤੀ ਨੂੰ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ ਅਤੇ ਰਾਜੇ ਵੱਲੋਂ ਹੁਕਮ ਸੀ ਕਿ ਜਿਹੜਾ ਮੱਥਾ ਟੇਕਣ ਤੋਂ ਇਨਕਾਰ ਕਰੇਗਾ ਉਹ ਦਸਤੂਰ ਨਾਲੋਂ ਤਾਈ ਹੋਈ ਵੱਧ ਅੱਗ ਦੀ ਭੱਠੀ ਦੇ ਵਿੱਚ ਸੁੱਟਿਆ ਜਾਵੇਗਾ ਜਦੋਂ ਉਸ ਰਾਜੇ ਨੇ ਉਹਨਾਂ ਤਿੰਨਾਂ ਮਨੁੱਖਾਂ ਨੂੰ ਸ਼ਦਰਕ ਮੇਸ਼ਕ ਅਤੇ ਅਬਦਨਗੋ ਜਿਨ੍ਹਾਂ ਨੇ ਮੱਥਾ ਟੇਕਣ ਤੋਂ ਇਨਕਾਰ ਕੀਤਾ ਸੀ ਬਲਦੀ ਹੋਈ ਅੱਗ ਵਿੱਚ ਸੁੱਟ ਦਿੱਤਾ ਰਾਜਾ ਕੁਰਸੀ ਡਾ ਕੇ ਬਹਿ ਗਿਆ ਅਤੇ ਨਜ਼ਾਰਾ ਦੇਖਣ ਲੱਗਾ ਕਿ ਹੁਣ ਮੈਂ ਇਹਨਾਂ ਨੂੰ ਸੜਦਾ ਹੋਇਆ ਵੇਖਾਂਗਾ ਹੁਣ ਮੈਂ ਕੀ ਕਰਾਂਗਾ ਇਹਨਾਂ ਨੂੰ ਸੜਦਾ ਹੋਇਆ ਵੇਖਾਂਗਾ ਕੀ ਵੇਖਦਾ ਹੈ ਸੁੱਟੇ ਤਿੰਨ ਜਣੇ ਨੇ ਅਤੇ ਘੁੰਮਦੇ ਚਾਰ ਜਣੇ ਨੇ ਔਰ ਕੀ ਕਹਿੰਦਾ ਕਹਿੰਦਾ ਮੈਂ ਕਿਆ ਦੇਖਦਾ ਹਾਂ ਇੱਕ ਹੀ ਸੂਰਤ ਇਲਾਹਜ਼ਾਦੇ ਕੀ ਜੈਸੀ ਹੈ ਪਰਮੇਸ਼ੁਰ ਕੇ ਪੁੱਤਰ ਕੀ ਜੈਸੀ ਹੈ ਔਰ ਇਸੇ ਤਰ੍ਹਾਂ ਉਸੇ ਰਾਜੇ ਦਾ ਬੇਟਾ ਬੈਲਸ਼ਜ਼ਰ ਜਿਹਨੇ ਉਹਨਾਂ ਭਾਂਡਿਆਂ ਵਿੱਚ ਜਿਹੜਾ ਉਹਦਾ ਪਿਓ ਪਵਿੱਤਰ ਹੈਕਲ ਵਿੱਚੋਂ ਲੁੱਟ ਕੇ ਲੈ ਕੇ ਆਇਆ ਸੀ ਉਹਨੇ ਉਹਨਾਂ ਭਾਂਡਿਆਂ ਵਿੱਚ ਸ਼ਰਾਬ ਪੀਤੀ
ਤੇ ਇੱਕ ਹੱਥ ਉਹਦੇ ਮਹਿਲਾਂ ਦੀ ਦੀਵਾਰ ਤੇ ਲਿਖ ਰਿਹਾ ਹੈ। ਉਹ ਕਿਸੇ ਨੂੰ ਵੇਖ ਨਹੀਂ ਰਿਹਾ ਪਰ ਇੱਕ ਹੱਥ ਦੀਵਾਰ ਦੇ ਉੱਤੇ ਲਿਖ ਰਿਹਾ ਹੈ ਮਨੇ ਮਨੇ ਤਕੀਲੋ ਫਰਸੀ। ਔਰ ਉਸ ਰਾਜਾ ਨੇ ਬੜੇ ਪੰਡਤਾਂ ਨੂੰ ਬੜੇ ਨਜੂਮੀਆਂ ਨੂੰ ਬੜੇ ਆਲਮਾਂ ਨੂੰ ਸੱਦ ਕੇ ਲਿਆਂਦਾ ਕਿ ਕੋਈ ਇਸ ਲਾਈਨ ਦਾ ਤਰਜਮਾ ਕਰੇ, ਕੋਈ ਇਸ ਲਾਈਨ ਦੀ ਟਰਾਂਸਲੇਸ਼ਨ ਕਰੇ, ਪਰ ਕਿਸੇ ਤੋਂ ਉਹਦੀ ਟਰਾਂਸਲੇਸ਼ਨ ਨਹੀਂ ਹੋਈ। ਫਿਰ ਦਾਨੀਅਲ ਨਬੀ ਜਿਹੜਾ ਕੈਦੀ ਹੋ ਕੇ ਆਇਆ ਸੀ ਉਹਨੇ ਉਹਦੀ ਟਰਾਂਸਲੇਸ਼ਨ ਕੀਤੀ ਤੇ ਰਾਜਾ ਨੂੰ ਵਿਸ਼ਵਾਸ ਹੋ ਗਿਆ ਕਿ ਯਹੋਵਾ ਪਰਮੇਸ਼ੁਰ ਜ਼ਿੰਦਾ ਖੁਦਾ ਆ। ਸਾਬਿਤ ਹੋ ਗਿਆ ਪਹਿਲਾਂ ਪਰਮੇਸ਼ੁਰ ਇੱਕ ਇੱਕ ਅੰਗ ਵਿਖਾਉਂਦਾ ਸੀ, ਕਦੀ ਅੱਗ ਦੇ ਵਿੱਚ ਤੇ ਕਦੀ ਹੱਥ ਦੇ ਦੁਆਰਾ। ਪਹਿਲਾਂ ਕੀ ਕਰਦਾ ਸੀ, ਇੱਕ ਇੱਕ ਅੰਗ ਵਿਖਾਉਂਦਾ ਸੀ, ਪਰ ਜਦੋਂ ਯਸੂ ਬਣ ਕੇ ਆਇਆ ਤੇ ਸਾਰੇ ਦਾ ਸਾਰਾ ਹੀ ਜ਼ਾਹਿਰ ਹੋ ਗਿਆ। ਕੀ ਕਹਿੰਦਾ, ਕਈ ਰੰਗਾਂ ਦੇ ਵਿੱਚ ਰੰਗਿਆ ਏ, ਇਸੇ ਤਰ੍ਹਾਂ ਮੂਸਾ ਨੂੰ ਕਹਿੰਦਾ, ਕਹਿੰਦਾ ਮੂਸਾ, ਕਹਿੰਦਾ ਤੂੰ ਮੈਨੂੰ ਵੇਖ ਨਹੀਂ ਸਕਦਾ ਪਰ ਕਹਿੰਦਾ ਮੈਂ ਤੇਰੇ ਅੱਗੋਂ ਦੀ ਲੰਘਾਂਗਾ ਤੇ ਤੂੰ ਮੇਰੀ ਪਿੱਠ ਦੇਖ ਲਈ, ਮੇਰੀ ਕੰਢ ਦੇਖ ਲਈ। ਮੂਸਾ ਨੇ ਪਰਮੇਸ਼ੁਰ ਦੀ ਪਿੱਠ ਵੇਖੀ ਤੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਗਿਆ। ਇੰਨਾ ਜਲਾਲ, ਇੰਨੀ ਰੋਸ਼ਨੀ ਮੂਸਾ ਫੇਸ ਨਹੀਂ ਕਰ ਪਾਇਆ। ਕਈ ਰੰਗਾਂ ਦੇ ਵਿੱਚ ਰੰਗਿਆ ਏ, ਕਈ ਰੰਗ ਤੇ ਰੂਪ ਵਟਾਉਂਦਾ ਏ, ਜਸਮਾਨੀ ਖਾਕ ਦਾ ਪੁਤਲਾ ਸੀ, ਇੱਕ ਪਹਿਲਾ ਪਹਿਲਾ ਆਦਮ ਸੀ, ਜਸਮਾਨੀ ਖਾਕ ਦਾ ਪੁਤਲਾ ਸੀ, ਉਤਲਾ ਸੀ। ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ। ਤੇਰਾ ਦਿਲ ਉਹਦਾ ਹੈ ਕਲਖਾਨਾ, ਤੇਰਾ ਦਿਲ ਉਹਦਾ ਹੈ ਕਲਖਾਨਾ। ਲੋਕ ਆਪਣੇ ਖੁਦਾ ਦਾ, ਆਪਣੇ ਰੱਬ ਦਾ ਦੀਦਾਰ ਕਰਨ ਵਾਸਤੇ ਕਿੱਥੇ ਕਿੱਥੇ ਜਾਂਦੇ ਨੇ। ਕੋਈ ਗੰਗਾ ਜਾਂਦਾ, ਕੋਈ ਜਮੁਨਾ ਜਾਂਦਾ, ਕੋਈ ਕਿਤੇ ਜਾਂਦਾ ਯਾਤਰਾ ਕਰਨ ਵਾਸਤੇ, ਕੋਈ ਤੀਰਥ ਸਥਾਨਾਂ ਤੇ ਜਾਂਦਾ। ਲੇਕਿਨ ਸਾਡੇ ਖੁਦਾ ਨੇ ਆਪਣਾ ਦੀਦਾਰ ਬੜਾ ਹੀ ਸਸਤਾ ਰੱਖਿਆ। ਕੀ ਰੱਖਿਆ ਬੜਾ? ਉਹ ਕੀ ਕਹਿੰਦਾ, ਕਹਿੰਦਾ ਤੇਰਾ ਦਿਲ ਮੇਰੀ ਹੈਕਲ ਹੈ, ਕਹਿੰਦਾ ਤੂੰ ਆਪਣੇ ਦਿਲ ਦਾ ਦਰਵਾਜ਼ਾ ਖੋਲ ਦੇ ਤੇ ਮੈਂ ਉਹਦੇ ਅੰਦਰ ਆਵਾਂਗਾ ਤੇ ਤੇਰੇ ਨਾਲ ਸੰਗਤੀ ਕਰਾਂਗਾ। ਤੇਰਾ ਦਿਲ ਉਹਦਾ ਹੈ ਕਲਖਾਨਾ, ਜ਼ਰਾ ਖੋਲ ਦੇ ਦਿਲ ਦਾ ਦਰਵਾਜ਼ਾ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ। ਸਾਰੀ ਦੁਨੀਆ ਦੇ ਮਜ਼ਹਬ, ਸਾਰੀ ਦੁਨੀਆ ਦੇ ਧਰਮ ਇੱਕੋ ਹੀ ਗੱਲ ਕਹਿੰਦੇ ਨੇ ਕਿ ਜੰਨਤ ਖੁਦਾ ਕਾ ਘਰ ਹੈ। ਕੀ ਕਹਿੰਦੇ ਨੇ? ਆਵਾਜ਼ ਨਹੀਂ ਆਈ। ਕੀ ਕਹਿੰਦੇ ਨੇ? ਜੰਨਤ ਖੁਦਾ ਕਾ ਘਰ ਹੈ, ਜੰਨਤ ਖੁਦਾ ਕਾ ਘਰ ਹੈ। ਸਾਰੇ ਕਹਿੰਦੇ ਤਾਂ ਹੈਗੇ ਆ ਵੀ ਜੰਨਤ ਖੁਦਾ ਦਾ ਘਰ ਹੈ, ਪਰ ਅਸੀਂ ਵੇਖਣਾ ਇਹ ਆ ਕਿ ਉਹਨੂੰ ਬੂਹਾ ਕਿਹੜਾ ਲੱਗਦਾ, ਉਹਨੂੰ ਦਰਵਾਜ਼ਾ ਕਿਹੜਾ ਲੱਗਦਾ। ਗੱਲ ਹੁਣ ਨਾ ਰਹਿ ਗਈ ਓਲੇ ਦੀ, ਗੱਲ ਹੁਣ ਨਾ ਰਹਿ ਗਈ ਓਲੇ ਦੀ, ਗੱਲ ਹੁਣ ਨਾ ਰਹਿ ਗਈ ਓਲੇ ਦੀ, ਇਹ ਹੋ ਗਿਆ ਸਾਫ ਅੰਦਾਜ਼ਾ ਏ। ਕੋਈ ਕਹਿੰਦਾ ਆਹ ਦਰਵਾਜ਼ਾ ਹੈ, ਕੋਈ ਕਹਿੰਦਾ ਉਹ ਦਰਵਾਜ਼ਾ ਹੈ, ਪਰ ਕੀ ਕਹਿੰਦਾ, ਗੱਲ ਹੁਣ ਨਾ ਰਹਿ ਗਈ ਓਲੇ ਦੀ, ਇਹ ਹੋ ਗਿਆ ਸਾਫ ਅੰਦਾਜ਼ਾ ਏ। ਜੰਨਤ ਹੀ ਜੇਕਰ ਰੱਬ ਦਾ ਏ, ਚਰਨੀਓ ਦਾ ਦਰਵਾਜ਼ਾ ਏ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ, ਆ ਜਾ ਤੈਨੂੰ ਮੈਂ
कायनात दा सरवर ए होई ए मालिक ए हो किर किर दाए पीरां दा पीर ए कामिल ए साई साईयां दे सिर दाए पीरां दा पीर ए कामिल ए साडे खुदा नूं पानी ते वी इख्तियार है उते वखरे वखरे रूप ने हर रूप दे विच एक वखरी अदा है जदों असी हसदे हां साडा खुदा साडे नाल हसदा है जदों असी रोंदे हां साडा खुदा साडे नाल रोंदा है मिसाल दे तौर ते एग्जाम्पल दे तौर ते यीशु लाजर दी कबर ते जाके रोया ते बाद विच उन्हें हुक्म दिंदा कहिंदा है लाजर कबर दे विचों बाहर आ जा हालेलुया साडा खुदा बादशाहां दा बादशाह ते फकीरां दा फकीर है कहिंदा जग सारा वेख के हैरान हो गया केड़ा गुरु चेलियां दे पैर धो गया यीशु मसीह ने अपने चेलियां दे पैर धोते हालेलुया कई रूप अदामा भरे आए कई रूप अदामा भरे आए हर रंग ओदा दिल मोंदा है हर रंग ओदा दिल मोंदा है कदी हसदियां दे नाल हसदा है कदी रोंदियां दे नाल रोंदा है कदी हसदियां दे नाल हसदा है कदी रोंदियां दे नाल रोंदा है कदी बादशाहां दा शाह सुल्ताने आदम अरशां दा हथ रखदा ए सुल्ताना ते करम दा बदल बरसिया ए रहमत बन के इंसाना ते सुनन वाली गल है ए प्यारे पहले प्यारां दा ए प्यारे पहले प्यारां दा ए दारू रोग जुदाई दा ए दारू रोग जुदाई दा ए दिन दा दर्श शहीदां नूं ए दिन दा दर्श शहीदां नूं किंज आप शहीद हो जाई दा किंज आप शहीद हो जाई दा ए कल्ला मौत दा गाजी है ए कल्ला मौत दा गाजी है ए जोर नूं नहीं असमाई दा जोर नूं नहीं असमाई दा ए कामल ए आमल ए कामल ए आमल उस्ताद जे इल्म दनाई दा 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 ए गुरु ए गोरखनाथा दा ए राजक कुल खुदाई दा ए गुरु ए गोरखनाथा दा ए राजक कुल खुदाई दा ए कुल दुनिया दा स्वामी ए कुल दुनिया दा स्वामी ए चल टिब ते डेरा लाई दा चल टिब ते डेरा लाई दा सखी दा सरवर ए होई ए सखी दा सरवर ए होई मुर्शिद ए ठुकराई दा ए मुर्शिद ए ठुकराई दा ए रबर तालब नबिया दा ए रबर तालब नबिया दा ए मालिक कुल खुदाई दा ए मालिक कुल खुदाई दा ए पीर हख जिर खवाजे दा ए शाह हाकम ताई दा आ जा तेनू मैं विखावा जे तू रब विखना ਸਾਡਾ ਖੁਦਾ ਕਿਸ ਤਰ੍ਹਾਂ ਦਾ ਹੈ ਲੋਕੀ ਉਹਨੂੰ ਚਪੇੜਾਂ ਮਾਰਦੇ ਨੇ ਉਹਦੇ ਮੂੰਹ ਤੇ ਥੁੱਕਦੇ ਨੇ ਉਹ ਫਿਰ ਵੀ ਦੁਆਏ ਖੈਰ ਦਿੰਦਾ ਹੈ ਅੱਜ ਤੁਹਾਡੇ ਕੋਈ ਚਪੇੜ ਮਾਰ ਦੇਵੇ
ਮੇਰੇ ਕੋਈ ਚਪੇੜ ਮਾਰ ਦੇਵੇ ਤੇ ਮੈਂ ਉਹਦੇ 10 ਮਾਰਾਂਗਾ। ਲੇਕਿਨ ਇਹ ਕਿੱਦਾਂ ਦਾ ਖੁਦਾ ਹੈ, ਕਈ ਲੋਕੀ ਚੇਟਾਂ ਕਰਦੇ ਨੇ, ਕਈ ਲੋਕੀ ਚੇਟਾਂ ਕਰਦੇ ਨੇ, ਹਾਲਤ ਉਹਦੀ ਮਾਮੂਲੀ ਤੇ, ਹਾਲਤ ਉਹਦੀ ਮਾਮੂਲੀ ਤੇ, ਕਈ ਲੋਕੀ ਚੇਟਾਂ ਕਰਦੇ ਨੇ, ਕਈ ਲੋਕੀ ਚੇਟਾਂ ਕਰਦੇ ਨੇ, ਹਾਲਤ ਉਹਦੀ ਮਾਮੂਲੀ ਤੇ, ਹਾਲਤ ਉਹਦੀ ਮਾਮੂਲੀ ਤੇ, ਦਿਲੋਂ ਵਿੱਚ ਰੰਗਿਆ ਜਾਂਦਾ ਏ, ਕਦੀ ਟੰਗਿਆ ਜਾਂਦਾ ਸੂਲੀ ਤੇ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਦਾ। ਦੇਖ ਗਿਆ ਕਜੇ ਕਿ ਨਹੀਂ? ਮੈਨੂੰ ਲੱਗਦਾ ਅਜੇ ਵੀ ਦਿਖਿਆ ਨਹੀਂ। ਦੇਖ ਗਿਆ ਹੀ ਉਹ ਪੰਜਾਬੀ ਚ ਬੋਲ ਰਿਹਾ, ਸਿੱਧੀ ਪੰਜਾਬੀ, ਪਾਕਿਸਤਾਨੀ ਪੰਜਾਬੀ ਚ ਪੁੱਛਣ ਆਇਆ। ਜਿਨ੍ਹਾਂ ਨੂੰ ਨਹੀਂ ਦਿਖਿਆ, ਉਹਨਾਂ ਲਈ ਮੈਂ ਸਿਰਫ ਇੱਕ ਗੱਲ ਕਹਾਂਗਾ, ਤੇਰੇ ਦਿਲੇ ਬਣ ਗਏ ਪੱਥਰ ਦੇ, ਇਹਨਾਂ ਚੋਂ ਦਿਸਣਾ ਕੱਖ ਨਹੀਂ, ਇਹਨਾਂ ਚੋਂ ਦਿਸਣਾ ਕੱਖ ਨਹੀਂ, ਤੇਰੇ ਦਿਲੇ ਬਣ ਗਏ ਪੱਥਰ ਦੇ, ਪਛਾਣ ਲਵੇ ਤੇਰੀ ਵੇਖਣ ਵਾਲੀ ਅੱਖ ਨਹੀਂ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਦਾ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਦਾ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਦਾ, ਜੇ ਤੂੰ ਰੱਬ ਵੇਖਦਾ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ, ਲੱਖਾਂ ਪਿੰਜ ਸਾਡੇ ਪਾਪਾਂ ਦਾ ਸਵਾਬ ਵੇਖਣਾ, ਆ ਜਾ ਤੈਨੂੰ ਮੈਂ ਵਿਖਾਵਾਂ ਜੇ ਤੂੰ ਰੱਬ ਵੇਖਣਾ। ਰੱਬ ਵਿਖਾਉਣਾ ਬਹੁਤ ਔਖਾ ਹੈ। ਪਹਿਲਾਂ ਮੈਂ ਸ਼ੋਭਾ ਯਾਤਰਾ 'ਚ ਬੜਾ ਜ਼ੋਰ ਲਾ ਦਿੱਤਾ ਅਤੇ ਹੁਣ ਤੁਹਾਨੂੰ ਰੱਬ ਵਿਖਾਉਣ 'ਤੇ ਬੜਾ ਜ਼ੋਰ ਲਾ ਦਿੱਤਾ ਅਤੇ ਹੁਣ ਸਵੇਰੇ ਪਤਾ ਨਹੀਂ ਮੇਰਾ ਕੀ ਹੋਣਾ। ਕੋਈ ਨਹੀਂ, ਪ੍ਰਭੂ ਤੇਰੇ ਨਾਲ ਹੈ। ਕਹਿੰਦਾ ਜਦੋਂ ਦਾਊਦ 'ਤੇ ਆਤਮਾ ਉਤਰਦਾ ਸੀ ਤਾਂ ਦਾਊਦ ਪੁੱਠੀਆਂ ਲੁੱਡੀਆਂ ਪਾਉਂਦਾ ਸੀ। ਆਮੀਨ। ਤਾਲੀ ਵਜਾਓ ਯਿਸੂ ਦੇ ਨਾਮ ਦੇ ਲਈ। ਹਾਲੇਲੂਯਾ।